10 ਰੁਪਏ ਦੇ ਵਿੱਚ ਇੱਥੋਂ ਖਾਣਾ ਖਾਂਦੇ ਹਨ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਸਮਾਨ ਬਣਿਆ ਹੋਇਆ ਉਹ ਵੀ ਪਿਆ ਹੋਇਆ, ਚਾਵਲ, ਕੜੀ, ਫੁਲਕੇ, ਜਾਂ ਜੇ ਫਰੂਟ ਦੀ ਗੱਲ ਕਰ ਲਈ ਜਾਵੇ ਤਾਂ। ਪਰ ਅੱਜ ਦੇ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ 10 ਰੁਪਏ 'ਚ ਕੇਵਲ ਇਹ ਖਾਣਾ ਦੇਣਾ ਕਿਤੇ ਨਾ ਕਿਤੇ ਜ਼ਰੂਰ ਮਨ ਨੂੰ ਛੂੰਹਦਾ ਹੈ ਕਿ ਕਿਵੇਂ ਦੇਖੋ ਸਰ, ਆਪਾਂ ਜੇ ਮਨ 'ਚ ਕੁਛ ਵੀ ਠਾਣ ਲਈਏ ਤਾਂ ਮੈਂ ਸਮਝਦਾ ਕੋਈ ਵੀ ਕੰਮ ਔਖਾ ਨਹੀਂ ਹੈਗਾ। ਸਮਾਜ ਸੇਵਾ ਕਰਨ ਲਈ ਜਦੋਂ ਅਸੀਂ ਮਨ 'ਚ ਠਾਣ ਲੈਂਦੇ ਹਾਂ ਨਾ, ਤਾਂ ਪ੍ਰਭੂ ਵੀ ਉਸ ਕੰਮ 'ਚ ਤੁਹਾਡੇ ਨਾਲ ਹੋ ਜਾਂਦਾ। ਦਸ ਰੁਪਏ ਅੱਜ ਦੇ ਸਮੇਂ 'ਚ ਹੈ ਤਾਂ ਕੁਛ ਵੀ ਨਹੀਂ ਹੈਗੇ, ਪਰ ਸਾਨੂੰ ਸਾਡੇ ਜੇਸੀ ਪਰਿਵਾਰ ਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ 10 ਰੁਪਏ ਵਿੱਚ ਇੱਕ ਗਰੀਬ ਜਨਤਾ ਨੂੰ ਅਸੀਂ ਭਰ ਪੇਟ ਭੋਜਨ ਦੇਣ ਦਾ ਜ਼ਰੀਆ ਅਸੀਂ ਬਣਾਇਆ, ਰੱਬ ਨੇ ਸਾਨੂੰ ਜ਼ਰੀਆ ਬਣਾਇਆ। ਇੱਥੇ ਆ ਕੇ ਕੋਈ ਵੀ ਖਾਣਾ ਖਾ ਸਕਦਾ ਆ ਕੇ, ਕੋਈ ਗਰੀਬ, ਕੋਈ ਅਮੀਰ, ਕੋਈ ਭੇਦਭਾਵ ਨਹੀਂ ਹੈਗਾ। ਇੱਕੋ ਹੀ ਥਾਲੀ, ਇੱਕੋ ਹੀ ਭਾਂਡੇ, ਇੱਕੋ ਹੀ ਰਸੋਈ, ਜਿਹੜਾ ਮਰਜ਼ੀ ਆਵੇ 10 ਰੁਪਏ ਦੇ ਕੇ ਭਰ ਪੇਟ ਭੋਜਨ ਖਾ ਸਕਦਾ। ਹਾਈਜੀਨਿਕ ਭੋਜਨ ਹੈ, ਘਰ ਦਾ ਬਣਿਆ ਭੋਜਨ ਹੈ, ਸਾਫ਼ ਸੁਥਰਾ ਭੋਜਨ। ਅਤੇ ਸਮਾਜ ਸੇਵਾ ਤਾਂ ਐਜ ਲੰਗਰ ਦੇ ਤੌਰ 'ਤੇ ਵੀ ਲੋਕ ਬੜੀ ਕਰਦੇ, ਲੰਗਰ ਲਗਾ ਦਿੰਦੇ ਨੇ, ਫ੍ਰੀ 'ਚ ਲਗਾ ਦਿੰਦੇ ਨੇ, ਤੁਸੀਂ ਫਿਰ ਵੀ 10 ਰੁਪਏ ਲੈ ਰਹੇ ਹੋ। ਲੰਗਰ ਸਰ ਦੇਖੋ, ਲੰਗਰ ਕੋਈ ਵੀ ਹੈ ਉਹ ਇੱਕ ਦਿਨ ਚੱਲਦਾ, ਦੋ ਦਿਨ ਚੱਲਦਾ, ਹਫ਼ਤਾ ਚੱਲ ਜਾਏਗਾ, ਪਰ ਇਹ 12 ਮਹੀਨੇ ਪੂਰਾ ਸਾਲ, ਇਹ 6 ਦਿਨ ਆਪਣੇ ਹਫ਼ਤੇ 'ਚ ਰਸੋਈ ਡੇਲੀ ਚੱਲਦੀ। ਸਰ ਸਭ ਪ੍ਰਭੂ ਦੀ ਕਿਰਪਾ ਨਾਲ ਚੱਲ ਰਿਹਾ। ਅਸੀਂ ਤਾਂ ਕੋਈ ਕਰਨ ਵਾਲੇ ਕੌਣ ਹੁੰਦੇ ਹਾਂ, ਕਿਸੇ ਨੂੰ ਖਾਣਾ ਦੇਣ ਵਾਲੇ ਕੌਣ ਹੁੰਦੇ ਹਾਂ। ਸਭ ਪਰਮਾਤਮਾ ਨੇ ਸਾਡੀ ਡਿਊਟੀ ਲਗਾਈ ਹੈ, ਅਸੀਂ ਉਹਨੂੰ ਨਿਭਾ ਰਹੇ ਹਾਂ। ਬਾਕੀ ਅੱਜ ਦੇ ਯੁੱਗ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਨਸਾਨ ਨੂੰ 3 ਚੀਜ਼ਾਂ ਅਹਿਮ ਹੁੰਦੀਆਂ ਹਨ, ਰੋਟੀ, ਕੱਪੜਾ ਅਤੇ ਮਕਾਨ। ਜੇ ਗੱਲ ਕੀਤੀ ਜਾਵੇ ਰੋਟੀ ਦੀ ਤਾਂ ਰੋਟੀ ਅਹਿਮ ਹੁੰਦੀ ਹੈ, ਕਿਉਂਕਿ ਰੋਟੀ ਤੋਂ ਬਿਨਾਂ ਇਨਸਾਨ ਰਹਿ ਨਹੀਂ ਸਕਦਾ, ਜੀ ਨਹੀਂ ਸਕਦਾ। ਪਰ ਬਟਾਲਾ ਦੇ ਇੱਕ ਐਸੀ ਜਗ੍ਹਾ 'ਤੇ ਖੜ੍ਹੇ ਹਾਂ ਜਿੱਥੇ 10 ਰੁਪਏ ਦੇ ਵਿੱਚ ਤੁਹਾਨੂੰ ਵਧੀਆ ਅਤੇ ਸਵਾਦਿਸ਼ਟ ਖਾਣਾ ਮਿਲ ਸਕਦਾ ਹੈ। ਜੀ ਹਾਂ, ਬਿਲਕੁਲ 10 ਰੁਪਏ 'ਚ। ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿਆਂ, ਤੁਸੀਂ ਦੇਖ ਸਕਦੇ ਹੋ JCI ਰਸੋਈ, ਇਹ ਬਟਾਲਾ ਦੇ ਵਿੱਚ ਬੈਂਕ ਕਲੋਨੀ ਦੇ ਪਾਸ ਖੋਲ੍ਹੀ ਗਈ ਹੈ, ਅਤੇ ਇਹ ਖਾਣਾ ਵੀ ਵਧੀਆ ਹੁੰਦਾ ਹੈ ਅਤੇ ਸਵਾਦਿਸ਼ਟ ਹੁੰਦਾ ਹੈ, ਅਤੇ ਸਿਰਫ 10 ਰੁਪਏ ਦੇ ਵਿੱਚ ਤੁਸੀਂ ਇੱਥੇ ਬੈਠ ਕੇ ਆਪਣਾ ਢਿੱਡ ਭਰ ਸਕਦੇ ਹੋ ਵਧੀਆ ਖਾਣੇ ਦੇ ਨਾਲ। ਤੁਸੀਂ ਦੇਖ ਸਕਦੇ ਹੋ ਅੰਦਰ ਤਸਵੀਰਾਂ ਵੀ ਤੁਹਾਨੂੰ ਮੈਂ ਦਿਖਾਵਾਂਗਾ, ਕਿਉਂਕਿ ਇੱਥੇ ਕਾਫੀ ਮਜ਼ਦੂਰ ਲੋਕ, ਗਰੀਬ ਵਰਗ ਦੇ ਤਬਕੇ ਦੇ ਲੋਕ ਇੱਥੇ ਆਉਂਦੇ ਨੇ, ਤਾਂ 10 ਰੁਪਏ ਦੇ ਵਿੱਚ ਇੱਥੋਂ ਖਾਣਾ ਖਾਂਦੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਸਮਾਨ ਬਣਿਆ ਹੋਇਆ ਉਹ ਵੀ ਪਿਆ ਹੋਇਆ, ਚਾਵਲ, ਕੜੀ, ਫੁਲਕੇ, ਜਾਂ ਜੇ ਫਰੂਟ ਦੀ ਗੱਲ ਕਰ ਲਈ ਜਾਵੇ ਤਾਂ। ਪਰ ਅੱਜ ਦੇ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ 10 ਰੁਪਏ 'ਚ ਕੇਵਲ ਇਹ ਖਾਣਾ ਦੇਣਾ ਕਿਤੇ ਨਾ ਕਿਤੇ ਜ਼ਰੂਰ ਮਨ ਨੂੰ ਛੂੰਹਦਾ ਹੈ ਕਿ ਕਿਵੇਂ 10 ਰੁਪਏ ਦੇ ਵਿੱਚ ਇਹ ਖਾਣਾ ਦਿੱਤਾ ਜਾ ਰਿਹਾ ਹੈ ਬਟਾਲਾ ਦੇ ਲੋਕਾਂ ਨੂੰ। 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਰਸੋਈ ਇੱਥੇ ਓਪਨ ਹੁੰਦੀ ਹੈ, ਜਿਹੜਾ ਵੀ ਇੱਥੇ ਆ ਕੇ ਖਾਣਾ ਚਾਹੇ ਉਹ 10 ਰੁਪਏ ਦੇ ਕੇ ਖਾਣਾ ਖਾ ਸਕਦਾ ਹੈ। ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ, ਤੁਸੀਂ ਦੇਖ ਸਕਦੇ ਹੋ ਕਿ ਸਾਰਾ ਸਟਾਫ ਜਿਹੜਾ ਇੱਥੇ ਲੱਗਾ ਹੋਇਆ ਹੈ, ਬਕਾਇਦਾ ਸਮਾਨ ਪਿਆ ਹੋਇਆ ਹੈ, ਇੱਥੇ ਹੀ ਇਹਨਾਂ ਦੇ ਵੱਲੋਂ ਸਮਾਨ ਸਾਰਾ ਤਿਆਰ ਕੀਤਾ ਜਾਂਦਾ ਹੈ, ਖੁਦ ਆਪ ਤਿਆਰ ਕਰਦੇ ਹਨ, ਅਤੇ ਉਸ ਤੋਂ ਬਾਅਦ ਜੋ ਵੀ ਇੱਥੇ ਪਹੁੰਚਦੇ ਹਨ ਖਾਣਾ ਖਾਣ ਦੇ ਲਈ ਉਹਨਾਂ ਨੂੰ ਇਹ ਖਾਣਾ ਸਰਵ ਕੀਤਾ ਜਾਂਦਾ ਹੈ। ਗੱਲਬਾਤ ਕਰ ਲਾਂਗੇ, ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਕੀ ਕਹਿਣਾ ਚਾਹੁੰਦੇ ਨੇ। ਵੀਰ ਜੀ, ਕਿਵੇਂ ਇਹ, ਮੈਂ ਜੇ ਮੰਨ ਕੇ ਚੱਲਾਂ ਕਿ 10 ਰੁਪਏ 'ਚ ਬੜਾ ਇੱਕ ਔਖਾ ਜਿਹਾ ਮਤਲਬ ਮਨ ਨੂੰ ਹੁੰਦਾ ਕਿ ਬੰਦਾ ਸਹਿ ਸਕੇ ਵੀ 10 ਰੁਪਏ 'ਚ ਕੇਵਲ ਰੋਟੀ।
ਦੇਖੋ ਸਰ, ਆਪਾਂ ਜੇ ਮਨ 'ਚ ਕੁਛ ਵੀ ਠਾਣ ਲਈਏ ਤਾਂ ਮੈਂ ਸਮਝਦਾ ਕੋਈ ਵੀ ਕੰਮ ਔਖਾ ਨਹੀਂ ਹੈਗਾ। ਸਮਾਜ ਸੇਵਾ ਕਰਨ ਲਈ ਜਦੋਂ ਅਸੀਂ ਮਨ 'ਚ ਠਾਣ ਲੈਂਦੇ ਹਾਂ ਨਾ, ਤਾਂ ਪ੍ਰਭੂ ਵੀ ਉਸ ਕੰਮ 'ਚ ਤੁਹਾਡੇ ਨਾਲ ਹੋ ਜਾਂਦਾ। 10 ਰੁਪਏ ਅੱਜ ਦੇ ਸਮੇਂ 'ਚ ਹੈ ਤਾਂ ਕੁਛ ਵੀ ਨਹੀਂ ਹੈਗੇ, ਪਰ ਸਾਨੂੰ ਸਾਡੇ JC ਪਰਿਵਾਰ ਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ 10 ਰੁਪਏ ਵਿੱਚ ਇੱਕ ਗਰੀਬ ਜਨਤਾ ਨੂੰ ਅਸੀਂ ਭਰ ਪੇਟ ਭੋਜਨ ਦੇਣ ਦਾ ਜ਼ਰੀਆ ਅਸੀਂ ਬਣਾਇਆ, ਰੱਬ ਨੇ ਸਾਨੂੰ ਜ਼ਰੀਆ ਬਣਾਇਆ। JCI ਦਾ ਕੀ ਮਤਲਬ ਹੈਗਾ? JCI ਇੱਕ ਆਪਣੇ ਕਲੱਬ ਹੈਗਾ ਜੀ, ਆਪਣੇ 115 ਕੰਟਰੀਆਂ ਰਨ ਕਰਦਾ ਪਿਆ, ਇੰਟਰਨੈਸ਼ਨਲ ਕਲੱਬ ਹੈ ਇਹਦੀ, ਜੂਨੀਅਰ ਚੈਂਬਰ ਇੰਟਰਨੈਸ਼ਨਲ। ਇਹਦਾ ਮੇਨ ਮੋਟਿਵ ਆਪਣੇ ਸਮਾਜ ਸੇਵਾ ਤਾਂ ਹੈ ਹੀ ਹੈ, ਪਲੱਸ ਇਹ ਬੱਚਿਆਂ ਦੇ ਪਰਸਨੈਲਿਟੀ ਡਿਵੈਲਪਮੈਂਟ 'ਤੇ ਵੀ ਪ੍ਰੋਗਰਾਮ ਬਹੁਤ ਜ਼ਿਆਦਾ ਕਰਦੇ। ਅਤੇ ਇਸ ਤਰੀਕੇ ਦੀ ਰਸੋਈ ਸਿਰਫ ਬਟਾਲਾ 'ਚ ਖੋਲ੍ਹੀ ਗਈ ਹੈ ਤੁਹਾਡੇ ਵੱਲੋਂ ਕਿ ਹੋਰ ਵੀ ਕਿਤੇ ਦੂਸਰੇ ਸ਼ਹਿਰਾਂ 'ਚ ਵੀ ਖੋਲ੍ਹੀਆਂ ਗਈਆਂ? ਨਹੀਂ ਸਰ, ਫਿਲਹਾਲ ਤਾਂ ਬਟਾਲਾ 'ਚ ਹੀ ਖੋਲ੍ਹੀ ਹੈ। ਟਾਈਮਿੰਗ ਕੀ ਰਹਿੰਦੀ ਇੱਥੇ? ਟਾਈਮਿੰਗ ਸਰ 12-3। ਅਤੇ ਇਸ ਜਗ੍ਹਾ ਦੇ ਉੱਤੇ ਕੋਈ ਵੀ ਆ ਕੇ ਖਾਣਾ ਖਾ ਸਕਦਾ? ਇੱਥੇ ਆ ਕੇ ਕੋਈ ਵੀ ਖਾਣਾ ਖਾ ਸਕਦਾ ਆ ਕੇ, ਕੋਈ ਗਰੀਬ ਕੋਈ ਅਮੀਰ ਕੋਈ ਭੇਦਭਾਵ ਨਹੀਂ ਹੈਗਾ। ਇੱਕੋ ਹੀ ਥਾਲੀ, ਇੱਕੋ ਹੀ ਭਾਂਡੇ, ਇੱਕੋ ਹੀ ਰਸੋਈ, ਜਿਹੜਾ ਮਰਜ਼ੀ ਆਵੇ 10 ਰੁਪਏ ਦੇ ਕੇ ਭਰ ਪੇਟ ਭੋਜਨ ਖਾ ਸਕਦਾ। ਹਾਈਜੀਨਿਕ ਭੋਜਨ ਹੈ, ਘਰ ਦਾ ਬਣਿਆ ਭੋਜਨ ਹੈ, ਸਾਫ਼ ਸੁਥਰਾ ਭੋਜਨ ਹੈ। ਰੋਜ਼ਾਨਾ ਜਿਹੜੀਆਂ ਆਈਟਮਾਂ ਦਿੰਦੇ ਇੱਥੇ ਖਾਣ ਲਈ, ਰੋਜ਼ਾਨਾ ਬਦਲੀਆਂ ਜਾਂਦੀਆਂ ਨੇ? ਬਿਲਕੁਲ ਸਰ, ਹਰ ਰੋਜ਼ ਨਵਾਂ ਮੈਨਿਊ ਹੁੰਦਾ। ਕਿਸ ਦਿਨ ਕੜੀ ਚਾਵਲ, ਚਪਾਤੀ, ਰਾਜਮਾ ਚਾਵਲ, ਚਪਾਤੀ, ਸਬਜ਼ੀ, ਸੀਜ਼ਨਲ ਸਬਜ਼ੀ, ਰੋਂਗੀ, ਗੋਭੀ, ਕੱਦੂ, ਮਤਲਬ ਕਿ 6 ਦਿਨ ਆਪਾਂ ਰਸੋਈ ਚਲਾਉਂਦੇ ਹਾਂ, 6 ਦਿਨ ਆਪਣੇ ਰੋਜ਼ ਮੈਨਿਊ ਚੇਂਜ ਹੁੰਦਾ ਜੀ। ਅਤੇ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਮਾਜ ਸੇਵਾ ਦੀ, ਹੈ ਨਾ, ਸਮਾਜ ਸੇਵਾ ਕਰ ਰਹੇ ਹੋ ਤੁਸੀਂ, ਅਤੇ ਸਮਾਜ ਸੇਵਾ ਤਾਂ ਐਜ ਏ ਲੰਗਰ ਦੇ ਤੌਰ 'ਤੇ ਵੀ ਲੋਕ ਬੜੀ ਕਰਦੇ, ਲੰਗਰ ਲਗਾ ਦਿੰਦੇ ਨੇ, ਫ੍ਰੀ 'ਚ ਲਗਾ ਦਿੰਦੇ ਨੇ, ਤੁਸੀਂ ਫਿਰ ਵੀ 10 ਰੁਪਏ ਲੈ ਰਹੇ ਹੋ। ਲੰਗਰ ਸਰ ਦੇਖੋ, ਲੰਗਰ ਕੋਈ ਵੀ ਹੈ ਉਹ ਇੱਕ ਦਿਨ ਚੱਲਦਾ, 2 ਦਿਨ ਚੱਲਦਾ, ਹਫ਼ਤਾ ਚੱਲ ਜਾਏਗਾ, ਪਰ ਇਹ 12 ਮਹੀਨੇ ਪੂਰਾ ਸਾਲ, ਇਹ 6 ਦਿਨ ਆਪਣੇ ਹਫ਼ਤੇ 'ਚ ਰਸੋਈ ਡੇਲੀ ਚੱਲਦੀ। 10 ਰੁਪਏ ਨਾਲ ਮੈਨੂੰ ਨਹੀਂ ਲੱਗਦਾ ਵੀ ਇੱਕ ਥਾਲੀ ਦਾ ਖਰਚਾ ਪੂਰਾ ਹੁੰਦਾ ਹੋਏਗਾ, ਪਰ ਫਿਰ ਮੋਟਿਵ ਕੀ ਹੈ ਸਿਰਫ 10 ਰੁਪਏ ਲੈਣ ਦਾ? 10 ਰੁਪਏ ਲੈਣ ਦਾ ਸਰ ਮੋਟਿਵ ਦੇਖੋ, 10 ਰੁਪਏ ਦਾ ਆਉਂਦਾ ਕੁਛ ਨਹੀਂ, 10 ਰੁਪਏ 'ਚ ਸਾਡੀ ਕੋਸਟ ਨਹੀਂ ਪੂਰੀ ਹੁੰਦੀ, ਪਰ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਬੰਦਾ ਸਾਡੇ ਕੋਲ 10 ਰੁਪਏ 'ਚ ਭੋਜਨ ਖਾਣ ਆਇਆ ਵਾ, ਉਹਨੂੰ ਇੱਕ ਤਾਂ ਇਹ ਨਾ ਲੱਗੇ ਕਿ ਮੈਂ ਫ੍ਰੀ 'ਚ ਭੋਜਨ ਖਾ ਰਿਹਾ, ਉਹਦੀ ਡਿਗਨਿਟੀ ਨੇ ਡਿਗਨਿਟੀ ਨੂੰ ਠੇਸ ਨਹੀਂ ਪਹੁੰਚੇਗੀ, ਉਹਨੂੰ ਲੱਗੇਗਾ ਕਿ ਹਾਂ ਵੀ ਮੈਂ ਪੈਸੇ ਦੇ ਕੇ ਖਾ ਰਿਹਾ ਵਾਂ, ਔਰ ਉਹਦੀ ਸੈਲਫ ਰਿਸਪੈਕਟ ਨੂੰ ਠੇਸ ਨਹੀਂ ਪਹੁੰਚੇਗੀ, ਔਰ ਜਿਸ ਕਰਕੇ ਇੱਕ ਤਾਂ ਉਹ ਪੈਸੇ ਦੇ ਕੇ ਜਿਹੜੀ ਭੋਜਨ ਲਏਗਾ ਉਹਨੂੰ ਵੇਸਟ ਨਹੀਂ ਕਰੇਗਾ, ਅਤੇ ਸਾਡਾ 10 ਰੁਪਏ ਲੈਣ ਦਾ ਮੋਟਿਵ ਇਹੋ ਹੀ ਹੈ। ਅਤੇ ਜੇ ਗੱਲ ਕੀਤੀ ਜਾਵੇ ਇਸ ਜਗ੍ਹਾ ਦੀ, ਕਿਉਂਕਿ ਇਹ ਜਗ੍ਹਾ ਤਾਂ ਸਰਕਾਰੀ ਤੌਰ 'ਤੇ ਤੁਹਾਨੂੰ ਮਿਲਣੀ ਹੋਏਗੀ, ਪ੍ਰਾਈਵੇਟ ਤੌਰ 'ਤੇ ਹੋਏਗੀ, ਇਹਦਾ ਕਿਸ ਤਰ੍ਹਾਂ ਫਿਰ ਇਹਦਾ ਖਰਚਾ ਜਾਂ ਮੈਨੇਜ ਕਿਸ ਤਰ੍ਹਾਂ ਕਰੇ? ਇਹ ਸਰ ਮੈਂ ਸਾਰਾ ਕਲੱਬ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਸਾਰਾ ਕਲੱਬ ਦੇ ਆਪਣੇ ਜਿਹੜੇ ਚੇਅਰਮੈਨ ਨੇ ਜਾਂ ਸਾਰਾ ਕਲੱਬ ਦੇ ਮੈਂਬਰ ਨੇ ਟੋਟਲ, ਉਹ ਕੱਦ ਸਾਹਿਬ ਨੇ, ਇਹਨਾਂ ਨੇ ਸਾਨੂੰ ਸਾਰਾ ਆਸ਼ਰਮ 'ਚ ਰਸੋਈ ਚਲਾਉਣ ਦੀ ਪਰਮਿਸ਼ਨ ਦਿੱਤੀ ਜਦੋਂ ਅਸੀਂ ਇਹਨਾਂ ਨੂੰ ਆਪਣਾ ਪ੍ਰੋਜੈਕਟ ਦੱਸਿਆ, ਕਿਉਂਕਿ ਸਾਰਾ ਕਲੱਬ ਵੀ ਕਾਫੀ ਸਮੇਂ ਤੋਂ ਸਮਾਜ ਸੇਵਾ ਦੇ ਕਾਰਜ ਨਾਲ ਜੁੜੇ ਹਾਂ। ਬੜੀ ਅੱਛੀ ਦੇਣ ਹੈ ਜੀ ਸਮਾਜ ਸੇਵਾ ਦੀ ਉਹਨਾਂ ਦੀ ਇਸ ਬਟਾਲਾ ਸ਼ਹਿਰ ਨੂੰ, ਅਤੇ ਜਦੋਂ ਉਹਨਾਂ ਨੂੰ ਅਸੀਂ ਆਪਣਾ ਪ੍ਰੋਜੈਕਟ ਦੱਸਿਆ ਉਹ ਸਮਾਜ ਸੇਵਾ ਕਰਨ ਨੂੰ ਤੁਰੰਤ ਤਿਆਰ ਹੋ ਗਏ। ਉਹਨਾਂ ਨੇ ਸਾਨੂੰ ਕਿਹਾ ਕਿ ਜਿੱਥੇ ਤੁਸੀਂ ਚਾਹੁੰਦੇ ਉਨੀ ਜਗ੍ਹਾ ਸਾਡੇ ਕੋਲ ਲੈ ਲਓ, ਅਤੇ ਜਲਦੀ ਤੋਂ ਜਲਦੀ ਤੁਸੀਂ ਪ੍ਰੋਜੈਕਟ ਸ਼ੁਰੂ ਕਰੋ ਕਿ ਅਸੀਂ ਮਿਲ ਕੇ ਸਮਾਜ ਸੇਵਾ ਕਰ ਸਕੀਏ। ਜੇ ਮੈਂ ਅੰਦਾਜ਼ਾ ਲਗਾਵਾਂ ਤਾਂ 10 ਰੁਪਏ ਦੇ ਵਿੱਚ ਇਹ ਖਾਣ ਦੀਆਂ ਆਈਟਮਾਂ ਜਿਹੜੀਆਂ ਤੁਸੀਂ ਰੱਖੀਆਂ ਹੋਈਆਂ, ਇਹਦਾ ਵੀ ਖਰਚਾ ਪੂਰਾ ਨਹੀਂ ਹੋ ਸਕਦਾ? ਬਾਕੀ ਤੁਸੀਂ ਸੇਵਾਦਾਰ ਵੀ ਰੱਖੇ ਹੋਏ ਨੇ ਜਾਂ ਲੋਕ ਵੀ ਰੱਖੇ ਹੋਏ ਨੇ ਜਿਹੜੇ ਭਾਂਡੇ ਧੋ ਰਹੇ ਨੇ ਜਾਂ ਸਮਾਨ ਤਿਆਰ ਕਰਦੇ ਨੇ, ਉਹਨਾਂ ਦੀਆਂ ਤਨਖਾਹਾਂ ਵੀ ਹੋਣਗੀਆਂ, ਬਿਜਲੀ ਦਾ ਖਰਚਾ ਵੀ ਹੋਏਗਾ, ਤੁਹਾਡਾ ਆਪਣਾ ਖਰਚਾ ਵੀ ਹੋਏਗਾ, ਕਿਵੇਂ ਫਿਰ ਸਾਰਾ ਮੈਨੇਜ ਕਰਦੇ ਹੋ? ਕਿਉਂਕਿ ਮੇਰੀ ਇਹ ਦਿਮਾਗ 'ਚ ਸਮਝ ਨਹੀਂ ਆ ਰਹੀ ਕਿ 10 ਰੁਪਏ ਨਾਲ ਕਿਵੇਂ ਮੈਨੇਜ ਹੁੰਦਾ। ਸਰ ਦੇਖੋ, ਕੁਛ ਦੇ ਸਾਡੇ ਕਲੱਬ ਮੈਂਬਰ ਜਿਹੜੇ ਆ ਉਹ ਕੰਟਰੀਬਿਊਟ ਕਰਦੇ ਆਪਣੇ ਹਰ ਮਹੀਨੇ, ਬਾਕੀ ਸਮਾਜ ਦੇ ਸਮਾਜ 'ਚ ਦਾਨੀ ਸੱਜਣ ਬਹੁਤ ਹੈ, ਦੇਣ ਵਾਲੇ ਬਹੁਤ ਹੈ, ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡਾ ਜਿਹੜਾ ਪੈਸਾ ਦਿੱਤਾ ਦਾਨ ਸਹੀ ਅਰਥ ਲੱਗੇ। ਅੱਜ 2 ਸਾਲ ਹੋ ਗਏ ਸਾਨੂੰ ਆਪਣੇ ਰਸੋਈ ਪਹਿਲਾਂ ਵੀ ਰਨ ਕਰਦੇ ਨੇ ਆਪਾਂ, ਦੇਣ ਵਾਲੀ ਦੁਨੀਆ ਆਟਾ ਚਾਵਲ
ਪੈਸੇ ਵੀ ਕਾਫੀ ਦੇ ਕੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਇੰਨਾ ਪਤਾ ਵਾ ਕਿ ਇੱਥੇ ਜਿਹੜਾ ਕਿਸੇ ਚੀਜ਼ ਦਾ ਦੁਰਉਪਯੋਗ ਨਹੀਂ ਹੁੰਦਾ। ਅਤੇ ਸਾਨੂੰ ਸਮਾਜ ਦੇ ਦਾਨੀ ਸੱਜਣਾਂ ਵੱਲੋਂ ਪੁਰਜ਼ੋਰ ਦਾਨ ਆ ਰਿਹਾ ਔਰ ਮੈਂ ਬਾਕੀ ਵੀ ਸ਼ਹਿਰ ਵਾਸੀਆਂ ਵਾਸਤੇ ਇਹ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਸਾਡੀ ਇਸ ਆਪਣੇ ਮੁਹਿੰਮ ਦੇ ਵਿੱਚ ਹਿੱਸਾ ਬਣਨ ਔਰ ਜੋ ਦਾਨ ਕਰਨ। ਸਰ ਅਸੀਂ ਬੱਚਿਆਂ ਦਾ ਘਰ ਜਨਮਦਿਨ ਮਨਾਉਂਦੇ ਹਾਂ, ਮੈਰਿਜ ਅਨਿਵਰਸਰੀ ਮਨਾਉਂਦੇ ਹਾਂ ਆਪਣੀ, ਮੈਂ ਸਮਝਦਾ ਇੱਥੇ ਇੱਕ ਦਿਨ ਦਾ ਖਾਣਾ ਤੁਸੀਂ ਕੰਟਰੀਬਿਊਟ ਕਰਕੇ ਉਹਨੂੰ ਸਫਲ ਬਣਾ ਸਕਦੇ ਹੋ। 12 ਤੋਂ 3 ਵਜੇ ਤੱਕ ਤਾਂ ਤੁਸੀਂ ਟਾਈਮ ਦੱਸਿਆ ਅਤੇ ਹਫ਼ਤੇ ਦੇ ਸਾਰੇ ਦਿਨ ਹੀ ਕਰਦੇ ਹੋ? ਹਫ਼ਤੇ ਦੇ ਸੰਡੇ ਛੱਡ ਗਏ, ਬਾਕੀ 6 ਦਿਨ ਆਪਾਂ ਰਸੋਈ 'ਚ ਲੈਣਾ। ਬਿਲਕੁਲ, ਇਹ ਇੱਕ JCI ਦੇ ਵੱਲੋਂ ਜਿਹੜੀ ਸਮਾਜ ਸੇਵੀ ਸੰਸਥਾ ਹੈ ਉਸਦੇ ਵੱਲੋਂ ਇਹ ਰਸੋਈ ਇੱਥੇ ਸ਼ੁਰੂ ਕੀਤੀ ਗਈ ਹੈ। 10 ਰੁਪਏ ਦੇ ਵਿੱਚ ਕੇਵਲ ਇੱਥੇ ਖਾਣਾ ਮਿਲਦਾ ਹੈ, ਕੋਈ ਵੀ ਆ ਕੇ ਇੱਥੇ ਖਾ ਸਕਦਾ। ਤੁਸੀਂ ਦੇਖ ਸਕਦੇ ਹੋ ਕਿ ਇਹ ਮਜ਼ਦੂਰ ਵਰਗ ਦੇ ਲੋਕ ਵੀ ਇੱਥੇ ਆਏ ਨੇ, 10 ਰੁਪਏ 'ਚ ਇੱਥੋਂ ਖਾਣਾ ਖਾ ਰਹੇ ਨੇ। ਇਸ ਤੋਂ ਸਸਤਾ ਖਾਣਾ ਸ਼ਾਇਦ ਹੀ ਕੋਈ ਦਿੰਦਾ ਹੋਵੇ। ਇਸੇ ਕਾਰਨ ਹੀ ਮੈਂ ਵਾਰ ਵਾਰ ਉਹਨਾਂ ਨੂੰ ਇਹ ਵੀ ਸਵਾਲ ਕੀਤਾ ਕਿ 10 ਰੁਪਏ 'ਚ ਮੈਨੇਜ ਕਿਵੇਂ ਕਰਦੇ ਹੋ? ਖਰਚੇ ਬਹੁਤ ਨੇ, ਰਾਸ਼ਨ ਦਾ ਖਰਚਾ ਹੈ, ਜਗ੍ਹਾ ਦਾ ਖਰਚਾ ਹੈ, ਜਿਹੜੇ ਰੱਖੇ ਹੋਏ ਨੇ ਕੰਮ ਕਰਨ ਵਾਸਤੇ ਉਹਨਾਂ ਦਾ ਵੀ ਖਰਚਾ ਹੈ। ਪਰ ਉਹਨਾਂ ਦੱਸਿਆ ਕਿ ਸਮਾਜ ਸੇਵੀ ਲੋਕਾਂ ਦੀ ਮਦਦ ਨਾਲ ਹੀ ਇਹ ਕਾਰਜ ਨੂੰ ਜਿਹੜਾ ਉਹ ਪੂਰਨ ਕੀਤਾ ਜਾ ਰਿਹਾ, ਕਾਰਜ ਇੱਥੇ ਜਿਹੜਾ ਇਹ ਕੀਤਾ ਜਾ ਰਿਹਾ ਰਸੋਈ ਦਾ, ਤਾਂ ਵਧੀਆ ਖਾਣਾ ਜਿਹੜਾ ਇਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਅਤੇ ਰੋਜ਼ਾਨਾ ਹੀ ਜਿਹੜੀਆਂ ਖਾਣ ਦੀਆਂ ਆਈਟਮਾਂ ਨੇ ਉਹ ਵੀ ਰੋਜ਼ਾਨਾ ਹੀ ਬਦਲੀਆਂ ਜਾਂਦੀਆਂ ਨੇ। 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਰਸੋਈ ਇੱਥੇ ਓਪਨ ਹੁੰਦੀ ਹੈ, ਹਫ਼ਤੇ ਦੇ 6 ਦਿਨ ਇਹ ਰਸੋਈ ਚੱਲਦੀ ਹੈ। ਭਾਅ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਸਾਰਾ ਇਹ ਜੋ ਵੀ ਇੱਥੇ ਪ੍ਰੋਸੈਸ ਚੱਲ ਰਿਹਾ? ਸਰ ਸਭ ਪ੍ਰਭੂ ਦੀ ਕਿਰਪਾ ਨਾਲ ਚੱਲ ਰਿਹਾ। ਅਸੀਂ ਤਾਂ ਕੋਈ ਕਰਨ ਵਾਲੇ ਕੌਣ ਹੁੰਦੇ ਹਾਂ, ਕਿਸੇ ਨੂੰ ਖਾਣਾ ਦੇਣ ਵਾਲੇ ਕੌਣ ਹੁੰਦੇ ਹਾਂ? ਸਭ ਪਰਮਾਤਮਾ ਨੇ ਸਾਡੀ ਡਿਊਟੀ ਲਗਾਈ ਹੈ, ਅਸੀਂ ਉਹਨੂੰ ਨਿਭਾ ਰਹੇ ਹਾਂ। ਬਾਕੀ ਸਾਨੂੰ ਦਾਨੀ ਸੱਜਣਾਂ ਦਾ ਬਹੁਤ ਸਹਿਯੋਗ ਹੈ, ਅਗਰਵਾਲ ਫੈਮਿਲੀਜ਼ ਦਾ ਬਹੁਤ ਸਹਿਯੋਗ ਹੈ, ਸਾਡੀ ਟੀਮ ਦਾ ਬੜਾ ਸਹਿਯੋਗ ਹੈਗਾ ਅਤੇ ਅਸੀਂ ਉਸ ਟੀਮ ਦੇ ਉੱਤੇ ਆਪਣਾ ਵਰਕ ਕਰ ਰਹੇ ਹਾਂ। ਡਿਊਟੀ 'ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਡਿਊਟੀ 'ਤੇ ਪਰਮਾਤਮਾ ਲਗਾਉਂਦਾ, ਹੈ ਨਾ, ਹਰ ਤਰ੍ਹਾਂ ਦੀ ਸੇਵਾ ਲੈਣ ਦੀ ਡਿਊਟੀ ਪਰਮਾਤਮਾ ਦੀ ਲੱਗੀ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਆਪਣਾ ਪਰਿਵਾਰ ਪਾਲਦੇ ਹਾਂ ਜਾਂ ਆਪਣਾ ਕਾਰੋਬਾਰ ਚਲਾਉਂਦੇ, ਇਹ ਵੀ ਸਾਡੀਆਂ ਡਿਊਟੀਆਂ ਹੀ ਨੇ, ਹੈ ਨਾ, ਜਿਹੜੀਆਂ ਪਰਮਾਤਮਾ ਵੱਲੋਂ ਲਗਾਈਆਂ ਗਈਆਂ ਨੇ। ਅਤੇ ਇਸ ਡਿਊਟੀ ਨੂੰ ਵੀ ਸਭ ਤੋਂ ਵੱਡਾ ਗਿਣਿਆ ਗਿਆ ਅਤੇ ਇਸ ਡਿਊਟੀ ਨੂੰ ਵੀ ਸਭ ਤੋਂ ਵੱਡਾ ਗਿਣਿਆ ਗਿਆ। ਪਰ ਮੈਂ ਇਹ ਜੇ ਸੋਚ ਕੇ ਚੱਲਾਂ ਵੀ ਇਹ ਕਿੱਦਾਂ ਖਿਆਲ ਆਇਆ ਕਿ ਰਸੋਈ ਇੱਥੇ ਸ਼ੁਰੂ ਕਰਨੀ ਹੈ? ਕਿਉਂਕਿ ਸਮਾਜ ਸੇਵਾ ਤਾਂ ਹੋਰ ਤਰ੍ਹਾਂ ਵੀ ਬੜੇ ਤਰੀਕੇ ਨਾਲ ਹੋ ਸਕਦੀ। ਸਰ ਜਦੋਂ ਲੰਗਰ ਲੱਗਦੇ ਸੀਗੇ ਅਤੇ ਉਹਦੇ 'ਚ ਦੇਖੀਦਾ ਸੀਗਾ, ਉੱਤੋਂ ਹੀ ਅਸੀਂ ਆਪਣੀ ਟੀਮ ਨਾਲ ਸਾਰਾ ਬੈਠ ਕੇ ਆਪਾਂ 'ਚ ਪ੍ਰੋਜੈਕਟ ਬਣਾਇਆ ਕਿ ਕਿਉਂ ਨਾ ਇਹ ਲੰਗਰ ਜਿਹੜਾ ਵਾ ਰੂਟੀਨ 'ਚ ਲੱਗੇ, ਇੱਕ ਦਿਨ ਨਾ ਲੱਗੇ, 2 ਦਿਨ, ਜਿਹੜੇ ਗਰੀਬ ਲੋਕ ਨੇ ਉਹ ਆ ਕੇ ਸਾਡੇ ਕੋਲ ਖਾਣ। ਬਾਕੀ 10 ਰੁਪਏ ਦਾ ਮੋਟਿਵ ਸਾਡਾ ਕੋਈ ਪੈਸੇ ਲੈਣ ਦਾ ਮੋਟਿਵ ਨਹੀਂ ਹੈਗਾ, ਸਾਡਾ ਸਿਰਫ ਇਹੀ ਮੋਟਿਵ ਹੈ ਜਿਹੜਾ ਬੰਦਾ 10 ਰੁਪਏ ਦਿੰਦਾ ਉਹ ਖਾਣਾ ਵੇਸਟ ਨਹੀਂ ਕਰਦਾ ਹੈਗਾ। ਜੇ ਅਸੀਂ ਅੱਜ ਫਰੀ ਦੇਣਾ ਸ਼ੁਰੂ ਕਰ ਦਿੰਦੇ ਹਾਂ, ਉਹਨੇ ਵੇਸਟ ਕਰ ਦੇਣਾ, ਉਹਨੇ ਸੁੱਟ ਦੇਣਾ, ਕਦੀ ਸੜਕ 'ਤੇ ਸੁੱਟ ਦੇਣਾ, ਕਿਤੇ ਸੁੱਟ ਦੇਣਾ। ਅਸੀਂ ਸਿਰਫ 10 ਰੁਪਏ ਦਾ ਇਹੋ ਮਤਲਬ ਹੈ ਕਿ ਖਾਣਾ ਵੇਸਟ ਨਹੀਂ ਹੁੰਦਾ, ਪ੍ਰੋਪਰ ਉਹ ਆਪਣੀ ਡਾਇਟ ਕਰਕੇ ਜਾਂਦਾ ਵਾ। ਸਵਾਲ ਮੈਨੂੰ ਵੈਸੇ ਪੁੱਛਣਾ ਤਾਂ ਨਹੀਂ ਬਣਦਾ ਕਿਉਂਕਿ 10 ਰੁਪਏ 'ਚ ਖਾਣਾ ਮਿਲ ਰਿਹਾ, ਰਿਸਪੋਂਸ ਤਾਂ ਵਧੀਆ ਹੋਏਗਾ। ਕਿਸ ਤਰੀਕੇ ਦਾ ਫਿਰ ਰਿਸਪੋਂਸ, ਮੈਂ ਫਿਰ ਵੀ ਪੁੱਛਾਂਗਾ ਤੁਹਾਨੂੰ, ਕਿਸ ਤਰੀਕੇ ਦਾ ਰਿਸਪੋਂਸ ਮਿਲ ਰਿਹਾ? ਵੇਖੋ ਜੀ, ਸਮਾਜ ਦੇ ਵਿੱਚ ਜਿਹੜਾ ਅਸੀਂ ਕਾਰਜ ਕੀਤਾ ਹੈ, ਇਹਦੇ ਵਿੱਚ ਰਿਸਪੋਂਸ ਜਿਹੜਾ JCI ਨੂੰ ਅਤੇ ਸਹਾਰਾ ਕਲੱਬ ਨੂੰ ਬਹੁਤ ਵਧੀਆ ਮਿਲਿਆ, ਕਿਉਂਕਿ ਦਾਨੀ ਲੋਕ ਨੇ ਜਿਹੜਾ ਸਹਿਯੋਗ ਕੀਤਾ ਨਾ, ਉਹ ਸਹਿਯੋਗ ਦੇ ਨਾਲ ਰਸੋਈ ਅੱਗੇ ਵੱਧ ਰਹੀ ਹੈ। ਅਤੇ ਸਾਡਾ ਇਹੀ ਮੋਟਿਵ ਹੈ ਕਿ ਇਸ ਰਸੋਈ ਨੂੰ 1 ਟਾਈਮ ਦੀ ਜਗ੍ਹਾ ਅਸੀਂ 3 ਟਾਈਮ ਕਰਨਾ ਚਾਹੁੰਦੇ ਹਾਂ, ਅਤੇ 3 ਟਾਈਮ ਨੂੰ ਇਹਨੂੰ ਆਪਾਂ ਅੱਗੇ ਲਿਜਾ ਕੇ ਹੋਸਪਿਟਲਾਂ ਦੇ ਵਿੱਚ ਵੀ ਬੜੀ ਨੀਡ ਹੈ, ਜਿੱਥੇ ਲੋਕ ਨਹੀਂ ਪਹੁੰਚ ਪਾ ਰਹੇ, ਜਦੋਂ ਇਹ ਮਾੜੇ ਬੰਦੇ ਦੇ ਘਰਾਂ ਦੇ ਵਿੱਚ ਤੱਕ, ਕਈ ਇਹੋ ਜਿਹੇ ਘਰ ਵੀ ਹੈਗੇ ਨੇ ਸਾਡੇ ਕਿ ਜਿਹੜੇ ਇਲਾਜ ਨਹੀਂ ਕਰਵਾ ਪਾਉਂਦੇ, ਜੇ ਲੈ ਕੇ ਜਾਂਦੇ ਨੇ ਹਸਪਤਾਲ ਦੇ ਵਿੱਚ ਤਾਂ ਉਹਨਾਂ ਲਈ ਖਾਣਾ ਵੀ ਉੱਥੇ ਬੜਾ ਜਿਹੜਾ ਮੁਸ਼ਕਲ ਹੋ ਜਾਂਦਾ ਵੀ ਕਿਵੇਂ ਮਰੀਜ਼ ਵਾਸਤੇ ਜਾਂ ਆਪਣੇ ਪਰਿਵਾਰ ਵਾਸਤੇ ਖਾਣਾ ਲੈ ਕੇ ਜਾਈਏ ਉੱਥੇ। ਹਾਂਜੀ, ਉਹ ਉਹਨਾਂ ਵਾਸਤੇ ਵੀ ਆਪਾਂ ਪੂਰਾ ਪ੍ਰਬੰਧ ਕਰਾਂਗੇ। ਉਹ ਇਹ ਜੇ ਉਹ ਇੱਥੇ ਆ ਕੇ ਲੈ ਕੇ ਜਾਣਗੇ, ਸਾਨੂੰ ਅੱਜ ਦੇਣ ਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਬਿਲਕੁਲ, ਇਸ ਸੰਸਥਾ ਦੇ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ, ਤਾਂ ਕੇਵਲ ਮੋਟਿਵ 10 ਰੁਪਏ ਲੈਣ ਦਾ ਇਹੀ ਹੈ ਇਹਨਾਂ ਦਾ,
ਕਿ 10 ਰੁਪਏ ਦੇ ਕੇ ਜਿਹੜਾ ਵੀ ਖਾਣਾ ਖਾਏਗਾ ਉਹ ਖਾਣੇ ਨੂੰ ਵੇਸਟ ਨਹੀਂ ਕਰੇਗਾ। ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮਜ਼ਦੂਰ ਵਰਗ ਦੇ ਲੋਕ ਆਏ ਨੇ, ਖਾਣਾ ਖਾ ਰਹੇ ਨੇ। ਭਾਅ ਜੀ ਕੀ ਕਹਿਣਾ ਚਾਹੁੰਦੇ ਹੋ 10 ਰੁਪਏ ਦੇ ਵਿੱਚ ਖਾਣਾ? ਬਹੁਤ ਵਧੀਆ, ਬਹੁਤ ਵਧੀਆ। ਖਾਣਾ ਕਿਸ ਤਰ੍ਹਾਂ ਦਾ? ਬਹੁਤ ਟੇਸਟ, ਵਧੀਆ ਖਾਣਾ ਜੀ। ਅੱਛਾ, ਤੁਹਾਨੂੰ ਕਿੱਦਾਂ ਪਤਾ ਲੱਗਾ ਇੱਥੋਂ ਦਾ? ਉਹ ਇੱਥੇ ਹੁਣ ਹੀ ਪਤਾ ਲੱਗਾ ਤਾਂ ਨਹੀਂ ਆ ਗਿਆ ਆਪਾਂ ਨੂੰ। ਵੈਸੇ ਮਿਲਦਾ ਕਿਤੇ 10 ਰੁਪਏ 'ਚ ਖਾਣਾ? ਨਹੀਂ 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 ਮਿਲਦਾ। ਕੰਮ ਕੀ ਕਰਦੇ ਹੋ ਤੁਸੀਂ? ਰਿਕਸ਼ਾ ਚਲਾਉਂਦੇ। ਤੇ ਇਹ ਤਾਂ ਖਾਣਾ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਖਾ ਰਹੇ ਹੋ? ਬਹੁਤ ਹੀ ਵਧੀਆ। ਉਪਰਾਲਾ ਕਿਸ ਤਰ੍ਹਾਂ ਦਾ? ਬਹੁਤ ਸੋਹਣਾ, ਵਧੀਆ ਲੱਗਦਾ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਖਾਣੇ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿ ਫਰੂਟ ਵੀ ਇੱਥੇ 10 ਰੁਪਏ 'ਚ ਦਿੱਤਾ ਜਾਂਦਾ। ਤੁਸੀਂ ਦੇਖ ਸਕਦੇ ਹੋ ਕਿ ਇਹ ਮਜ਼ਦੂਰ ਇੱਥੇ ਖਾਣਾ ਖਾ ਰਿਹਾ, ਨਾਲ ਫਰੂਟ ਵੀ ਦਿੱਤਾ ਗਿਆ, ਕੜੀ ਚਾਵਲ। ਜੇ ਤੁਸੀਂ ਪ੍ਰਸ਼ਾਦਾ ਲੈਣਾ ਚਾਹੋ ਅਤੇ ਫੁਲਕਾ ਲੈਣਾ ਚਾਹੋ ਤਾਂ ਉਹ ਵੀ ਲੈ ਸਕਦੇ ਹੋ। ਦੂਸਰੇ ਪਾਸੇ ਸੰਸਥਾ ਦਾ ਮੋਟਿਵ ਇਹ ਵੀ ਹੈ ਕਿ ਉਹ ਆਉਂਦੇ ਸਮੇਂ ਦੇ ਵਿੱਚ ਇਸ ਖਾਣੇ ਨੂੰ ਜਿਹੜਾ ਹੁਣ ਇੱਕ ਸਮੇਂ 'ਤੇ ਦਿੱਤਾ ਜਾ ਰਿਹਾ, ਆਉਂਦੇ ਸਮੇਂ 'ਚ ਅਗਰ ਸਮਾਜ ਸੇਵੀ ਲੋਕਾਂ ਦਾ ਸਹਿਯੋਗ ਰਿਹਾ, ਲੋਕਾਂ ਦਾ ਸਾਥ ਰਿਹਾ, ਤਾਂ ਇਸ ਕੰਮ ਨੂੰ ਦਿਨ ਦੇ ਵਿੱਚ 3 ਵਾਰ ਵੀ ਕਰਨ ਦਾ ਇਹਨਾਂ ਦਾ ਇਰਾਦਾ ਹੈ। ਜ਼ਰੂਰਤ ਹੈ ਐਸੇ ਸਮਾਜ ਸੇਵੀ ਸੰਸਥਾਵਾਂ ਦਾ ਸਾਥ ਦੇਣ ਦੀ, ਆਪਣੇ ਦਸਵੰਧ ਨੂੰ ਸਹੀ ਜਗ੍ਹਾ 'ਤੇ ਇਸਤੇਮਾਲ ਕਰਨ ਦੀ, ਤਾਂ ਕਿ ਉਹ ਦਸਵੰਧ ਉਸ ਜਗ੍ਹਾ 'ਤੇ ਲੱਗ ਸਕੇ ਜਿੱਥੇ ਜ਼ਿਆਦਾ ਜ਼ਰੂਰਤ ਹੈ। ਇਸੇ ਕਰਕੇ ਕਿਹਾ ਗਿਆ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ ਹੈ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼, ਬਟਾਲਾ।